सर पानिश बतानी इनका मतलब है गल बताना जी गल बधी इन्दे विच लाहौर तक पहुंच गई तो गल बधी है ना फिल्म असी अद्धी इधर इंडिया पंजाब शूट करांगे अद्धी उधर शूट करांगे ਤੁਸੀਂ ਵਾਹ ਨਾਲ ਵਾਦੇ ਨੇ ਤੱਤੇ ਨੇਗੇ ਵਨਾ ਸਾਰੇ ਤੱਤੇ ਨੇ ਉਧਰ ਤੁਹਾਨੂੰ ਕਿਦਾਂ ਪਤਾ ਮੈਂ ਤੱਤਾ ਨਹੀਂ ਮੈਂ ਸਿਰਫ ਇੱਕ ਹੀ ਫਿਲਮ ਦੇਖੀ ਸੀ ਉਹ ਸੀ ਮੇਵੇ ਸ਼ਾਇਦ ਦੀ ਹੈ ਨਾ ਲੋਕ ਜਾਨਣਾ ਚਾਹ ਰਹੇ ਤੁਸੀਂ ਦੁਬਾਰਾ ਲਾਹੌਰ ਚੱਕਰ ਕਦੋਂ ਲਾਓਗੇ ਬਿਲਕੁਲ ਲਾਵਾਂਗੇ ਜੀ ਦੁਬਈ ਚ ਇਸ ਵੇਲੇ ਦੋ ਹੀ ਚੀਜ਼ਾਂ ਮਸ਼ਹੂਰ ਨੇ ਇੱਕ T20 ਵਰਲਡ ਕੱਪ ਤੇ ਦੂਜਾ ਸੰਧੂ ਦਾ ਨਾਮ ਗਿੱਪੀ ਗਰੀਵਾਲ ਦਾ ਨਾਮ ਜੋ ਉਸਨੇ ਸਰ ਤੁਹਾਡੀ ਫਿਲਮ ਵੇਖੀ ਬਲਕਿ ਤੁਹਾਡੀ ਕੋਈ ਫਿਲਮ ਅਸੀਂ ਛੱਡੀ ਨਹੀਂ ਗਈ ਸਰ ਮੈਂ ਨਹੀਂ ਬਲਕਿ ਪੂਰਾ ਪਾਕਿਸਤਾਨ ਦਾ ਪੰਜਾਬ ਹੈ ਉਹ ਵੀ ਗੁਰਬੀਰ ਸਾਹਿਬ ਤੁਹਾਡੀ ਅਰਦਾਸ ਭੂਮੀ ਤਿੰਨ ਦਫਾ ਵੇਖੀ ਹੈ ਵਾਹ ਤੇ ਬਹੁਤ ਸਾਡੇ ਹਲਕੇ ਅਹਿਬਾਬ ਨੇ ਜਿਨ੍ਹਾਂ ਨੇ ਤੁਹਾਡੀ ਫਿਲਮ ਬਹੁਤ ਜ਼ਿਆਦਾ ਪਸੰਦ ਕੀਤੀ ਹੈ ਸਰ ਪਾਣੀ ਸ਼ਮਤਾਨੀ ਇਹਦਾ ਮਤਲਬ ਹੈ ਗੱਲ ਵਧਾਉਣਾ ਜੋ ਗੱਲ ਵਧੀ ਇਹਦੇ ਵਿੱਚ ਗੱਲ ਇੰਨੀ ਵੱਧ ਗਈ ਜੀ ਵੀ ਬਸ ਦੱਸ ਨਹੀਂ ਸਕਦੇ ਹੈਗੇ ਗੱਲ ਵਧਾ ਵਧਾ ਕੇ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਲਾਹੌਰ ਤੱਕ ਪਹੁੰਚ ਗਈ ਤਾਂ ਗੱਲ ਵਧੀ ਹੈ ਨਾ ਭਾਜੀ ਨਹੀਂ ਤਾਂ ਉੱਥੇ ਹੀ ਰਹਿ ਜਾਣੀ ਸਾਡੇ ਲਾਗੇ ਕਿਤੇ ਪੂਰੀ ਗੱਲ ਵਧੀ ਹੈ ਜੀ ਸਰ ਤੁਹਾਡੀ ਫਿਲਮ 'ਚ ਸਾਨੂੰ ਇਮੋਸ਼ਨ ਵੀ ਨਜ਼ਰ ਆਉਂਦਾ ਹੈ ਮਜ਼ਾ ਤਾਂ ਹੁੰਦਾ ਹੀ ਹੈ ਪਾਣੀ ਸ਼ਮਦਾਨੀ 'ਚ ਕਿਹੜੀ ਚੀਜ਼ ਹੋ ਰਿਹਾ ਹੈ ਦੇਖੋ ਜੀ ਪਾਣੀ ਜਮਦਾਨੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਸਭ ਤੋਂ ਵਧੀਆ ਚੀਜ਼ ਹੈ ਇੱਕ ਮਾਹੌਲ ਐਡ ਹੈ ਸੋ ਮਾਹੌਲ ਜਿਹੜਾ ਐਟਮੋਸਫੀਅਰ ਹੈ ਫਿਲਮ ਦਾ ਜਿਹੜਾ ਲੇਟ 80s ਅਰਲੀ 90s ਦਾ ਮਾਹੌਲ ਹੈ UK ਵੀ ਗਏ ਪੰਜਾਬ ਵੀ ਰਹੇ ਉਹਨਾਂ ਟਾਈਮਾਂ 'ਚ ਜਦੋਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਯਾਰ ਹਰ ਚੀਜ਼ ਦੀ ਵੈਲਿਊ ਹੁੰਦੀ ਸੀ ਚਾਹ ਹੁੰਦਾ ਸੀ ਮਹੱਲੇ ਦੇ ਵਿੱਚ ਇੱਕ ਫੋਨ ਲੱਗਿਆ ਹੋਣਾ ਕਿਸੇ ਉਹ ਫਲਾਣਿਆਂ ਤੇਰਾ ਫੋਨ ਆਇਆ ਹੋਵੇ ਉਹ ਚੀਜ਼ਾਂ ਉਹ ਖੁਸ਼ੀ ਛੋਟੀ ਛੋਟੀ ਚੀਜ਼ ਦੇ ਵਿੱਚ ਸਿੰਪਲਿਸਿਟੀ ਇੱਕ ਪਿਆਰ ਮੁਹੱਬਤ ਆਪਸ ਦੇ ਵਿੱਚ ਜਿਹੜਾ ਅੱਜ ਦੀ ਡੇਟ 'ਚ ਸਭ ਕੁਝ ਮਿਸਿੰਗ ਹੈ ਆਪਣੇ 'ਚ ਪੇਸ਼ੈਂਸ ਹੀ ਨਹੀਂ ਹੈ ਨਾ ਸੋ ਉਹ ਚੀਜ਼ਾਂ ਸਭ ਤੋਂ ਇੰਪੋਰਟੈਂਟ ਨੇ ਇਸ ਫਿਲਮ ਦੇ ਵਿੱਚ ਉਸ ਤੋਂ ਬਿਨਾਂ ਇੱਕ ਹੈਪੀ ਮੂਡ ਦੀ ਫਿਲਮ ਹੈ ਜੀ ਨਰੇਸ਼ ਕਤੂਰੀਆ ਸਾਹਿਬ ਨੇ ਲਿਖੀ ਹੈ ਉਹਨਾਂ ਨੇ ਸਾਡੀਆਂ ਫਿਲਮਾਂ ਕੈਰੀ ਔਨ ਜੱਟਾ ਇਹ ਉਹ ਸਾਰੀਆਂ ਕਾਮੇਡੀ ਫਿਲਮਾਂ ਉਹ ਲਿਖਦੇ ਨੇ ਉਸ ਫਲੇਵਰ ਦੀ ਉਹ ਫਿਲਮ ਬਾਕੀ ਕਾਸਟ ਵੀ ਉਸੇ ਤਰੀਕੇ ਦੀ ਆ ਸਾਰੀ ਰੌਣਕ ਮੇਲਾ ਲਾਇਆ ਸ਼ੁਰੂ ਤੋਂ ਐਂਡ ਤੱਕ ਔਰ ਓਬਵੀਅਸਲੀ ਜਦੋਂ ਤੁਹਾਨੂੰ ਖੂਬ ਹਸਾਉਂਦੇ ਆ ਤਾਂ ਫਿਰ ਕਿਤੇ ਕਿਤੇ ਤੁਹਾਨੂੰ ਇਮੋਸ਼ਨ ਦੀ ਫੀਲ ਤਾਂ ਦੇਵਾਂਗੇ ਦੇਵਾਂਗੇ ਬਿਲਕੁਲ ਇਨਸ਼ਾਅੱਲਾ ਸਰ ਤੁਸੀਂ ਲਾਹੌਰ ਆਏ ਸਰ ਦੂਰੋਂ ਅਸੀਂ ਇੰਜਨ ਕੀਤਾ ਸੀ ਇੰਨਾ ਤੁਹਾਡਾ ਪ੍ਰੋਟੋਕੋਲ ਸੀਗਾ ਅਤੇ ਤੁਹਾਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਅਤੇ ਤੁਹਾਨੂੰ ਵੀ ਅੰਦਾਜ਼ਾ ਵੇ ਜੀ ਜੀ ਅਤੇ ਲੋਕ ਜਾਣਨਾ ਚਾਹ ਰਹੇ ਤੁਸੀਂ ਦੁਬਾਰਾ ਲਾਹੌਰ ਚੱਕਰ ਕਦੋਂ ਲਾਓਗੇ ਬਿਲਕੁਲ ਲਾਵਾਂਗੇ ਜੀ ਪਹਿਲਾਂ ਤਾਂ ਸਾਡਾ ਸ਼ਾਇਦ ਪਲਾਨ ਸੀਗਾ ਵੀ ਇਸੇ ਫਿਲਮ ਦੀ ਸਕਰੀਨਿੰਗ ਕਰੀਏ ਪਾਣੀ 'ਚ ਮਧਾਣੀ ਦੀ ਉੱਥੇ ਬਟ ਕੋਵਿਡ ਕਰਕੇ ਬੜੇ ਹਾਲੇ ਵੀ ਪ੍ਰੋਟੋਕੋਲ ਬੜੀਆਂ ਚੀਜ਼ਾਂ ਦੇ ਪੰਗੇ ਚੱਲ ਰਹੇ ਨੇ ਉਹ ਚੀਜ਼ਾਂ ਪੋਸੀਬਲ ਨਹੀਂ ਹੋ ਪਾਈਆਂ ਬਟ ਅਸੀਂ ਨੈਕਸਟ ਇੱਕ ਫਿਲਮ ਈਵਨ ਮੈਂ ਅਤੇ ਘੁੱਗੀ ਭਾਜੀ ਨੇ ਇੱਕ ਫਿਲਮ ਵੀ ਪਲਾਨ ਕੀਤੀ ਆ ਅਸੀਂ ਸੋਚਦੇ ਸੀ ਵੀ ਉਹ ਫਿਲਮ ਅਸੀਂ ਅੱਧੀ ਇੱਧਰ ਇੰਡੀਆ ਪੰਜਾਬ ਸ਼ੂਟ ਕਰਾਂਗੇ ਅੱਧੀ ਉੱਧਰ ਸ਼ੂਟ ਕਰਾਂਗੇ ਹੈ ਨਾ ਸੋ ਉੱਧਰ ਸਾਡੀ ਸਾਰਿਆਂ ਨਾਲ ਮੇਰੀ ਨਸੀਮ ਵਿੱਕੀ ਨਾਲ ਵੀ ਗੱਲ ਹੋਈ ਸੀ ਅਤੇ ਠਾਕੁਰ ਸਾਹਿਬ ਨਾਲ ਵੀ ਗੱਲ ਹੋਈ ਆ ਹੈ ਨਾ ਬਹੁਤ ਆਰਟਿਸਟਾਂ ਨਾਲ ਗੱਲ ਹੋਈ ਕਿ ਸਾਡਾ ਇਹ ਪਲਾਨ ਆ ਉਹਦੇ 'ਚ ਕਾਫੀ ਜਿਹੜੇ ਮੇਜਰ ਆਰਟਿਸਟ ਪੰਜਾਬ ਦੇ ਨੇ ਅਤੇ ਮੇਜਰ ਆਰਟਿਸਟ ਹੀ ਜਿਹੜੇ ਉੱਧਰ ਦੇ ਨੇ ਸਾਰੇ ਸੋ ਮੈਂ ਉਹਨਾਂ ਨੂੰ ਲੈ ਕੇ ਕਿਉਂਕਿ ਪਤਾ ਕੀ ਆ ਅਸੀਂ ਇੱਕ ਬਾਹਰਲੇ ਕੰਟਰੀ ਜਾ ਕੇ ਫਿਲਮ ਕਰਨੀ ਉਹ ਇੱਕ ਅਲੱਗ ਚੀਜ਼ ਆ ਕਿ ਦੋ ਇਹ ਇੱਥੇ ਦੇ ਨੇ ਇੱਥੇ ਆ ਕੇ ਫਿਲਮ ਕਰ ਲਈ ਨਹੀਂ ਮੈਂ ਚਾਹੁੰਦਾ ਕਿ ਉੱਥੇ ਉੱਥੇ ਹੀ ਹੋਵੇ ਹੈ ਨਾ ਉਹ ਚੀਜ਼ ਦਾ ਇੱਕ ਫੀਲ ਸਵਾਦ ਅਲੱਗ ਹੈ ਸੋ ਵੀ ਆਰ ਵਰਕਿੰਗ ਔਨ ਦੈਟ ਅਤੇ ਸਰ ਬਹੁਤ ਫੀਮੇਲ ਆਰਟਿਸਟ ਨੇ ਪਾਕਿਸਤਾਨ ਦੇ ਜਿਹੜੇ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਨੇ ਅਗਰਚੇ ਸਟੇਜ ਤੋਂ ਤੁਸੀਂ ਲਿਆ ਨੇ ਲੇਕਿਨ ਚਾਹੁੰਦੇ ਵੀ ਜਲਦੀ ਜਾਓ ਤੁਸੀਂ ਪਾਕਿਸਤਾਨ ਲਾਲਚ ਦੇ ਰਹੇ ਤੁਹਾਨੂੰ ਨਹੀਂ ਸਰ ਮੈਂ ਉਹ ਗੱਲ ਦੱਸ ਰਿਹਾ ਜਿਹੜੀ ਹਕੀਕਤ ਹੈ ਕੋਈ ਹੈ ਤੁਹਾਡਾ ਪਲਾਨ ਕਿ ਪਾਕਿਸਤਾਨ 'ਚੋਂ ਫੀਮੇਲ ਹੀਰੋਇਨ ਵੀ ਤੁਹਾਡੀ ਫਿਲਮ ਨਹੀਂ ਮੈਂ ਹੁਣ ਇੱਕ ਫਿਲਮ ਅਸੀਂ ਕੀਤੀ ਆ ਉਹਦੇ 'ਚ ਅਹਿਮਦ ਅਲੀ ਭੱਟ ਨੇ ਰੋਲ ਕੀਤਾ ਅਤੇ ਉਹਨਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਸੀ ਤਾਂ ਉਹਨਾਂ ਨੇ ਮੈਨੂੰ ਕਿਉਂਕਿ ਮੈਂ ਜਦੋਂ ਪਾਕਿਸਤਾਨ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੀ ਕੌਣ ਫੇਵਰੇਟ ਐਕਟਰੈਸ ਹੈ ਤਾਂ ਮੈਂ ਸਿਰਫ ਇੱਕ ਹੀ ਫਿਲਮ ਦੇਖੀ ਸੀ ਉਹ ਸੀ ਮੇਵੇ ਸ਼ਾਇਦ ਦੀ ਹੈ ਨਾ ਅਤੇ ਮੈਂ ਉਹਨਾਂ ਦਾ ਨਾਂ ਲਿਆ ਸੀ ਤਾਂ ਉਹਨਾਂ ਨੇ ਫਿਰ ਮੈਨੂੰ ਭੱਟ ਸਾਹਿਬ ਨੇ ਮੈਨੂੰ ਮੈਸੇਜ ਵੀ ਰਿਕਾਰਡ ਕਰਕੇ ਭੇਜਿਆ ਵੀਡੀਓ ਮੈਸੇਜ ਮੇਵਿਸ਼ ਦਾ ਕਿ ਆਪਾਂ ਮਿਲਦੇ ਹਾਂ ਜਲਦੀ ਜੀ ਅਸੀਂ ਸੋ ਭੱਟ ਸਾਹਿਬ ਸੀਗੇ ਅਤੇ ਅਸੀਂ ਡੈਫੀਨੇਟਲੀ ਜੇ ਕੋਈ ਫਿਲਮ ਹੋਊਗੀ ਤਾਂ ਪਲਾਨ ਕਰਾਂਗੇ ਮੈਂ ਹੁਣ ਹੋਰ ਵੀ ਫਿਲਮਾਂ ਦੇਖੀਆਂ ਉੱਥੇ ਦੀਆਂ ਪਾਕਿਸਤਾਨ ਦੀਆਂ ਕਾਫੀ ਉੱਥੇ ਬੜੇ ਅੱਛੇ ਅੱਛੇ ਆਰਟਿਸਟ ਨੇ ਹੈ ਨਾ ਅਤੇ ਡੈਫੀਨੇਟਲੀ ਕੁਛ ਨਾ ਕੁਛ ਪਲਾਨ ਕਰਾਂਗੇ ਗੁਰਪ੍ਰੀਤ ਸਾਹਿਬ ਤੁਹਾਡੀ ਅਰਦਾਸ ਮੈਂ ਪਹਿਲੇ ਵੀ ਕਹਿ ਚੁੱਕਿਆ ਮੈਂ ਜੀ ਜੀ ਤਿੰਨ ਦਫਾ ਦੇਖੀ ਜਿੰਨੇ ਵੀ ਦੇਖੇ ਉਹਨੇ ਕਿਹਾ ਖਾਸ ਕਰ ਉਹਦਾ ਕੰਟੈਂਟ ਐਸ ਆ ਸੋਲਿਡ ਬੈਕ ਪੰਜਾਬੀ ਮੂਵੀ ਤੁਹਾਡੀ ਵੀ ਬਹੁਤ ਦੇਖੀ ਨੇ ਲੇਕਿਨ ਉਹ ਵੀ ਤੁਹਾਡੀ ਵੀ ਸੀ ਕਿਸਮ ਦੀ ਮੇਰੀ ਹੀ ਸੀ ਹਾਂਜੀ ਤੁਸੀਂ ਪ੍ਰੋਡਿਊਸ ਕੀਤੀ ਸੀ ਮੇਰੀ ਸੀ ਡਾਇਰੈਕਟ ਵੀ ਮੇਰੀ ਸੀ ਸਰ ਤੁਹਾਡਾ ਬਿਲਕੁਲ ਆਖਰ ਚ ਰੋਲ ਨਹੀਂ ਆ ਰਿਹਾ ਜੀ ਜੀ ਮੈਨੂੰ ਪਤਾ ਵੇ ਤੁਹਾਡਾ ਆਖਰ ਤੁਸੀਂ ਫੌਜੀ ਬਣ ਕੇ ਆਖਰ ਚਾਹੁੰਦੇ ਹੋ ਨਾ ਬੱਚੇ ਸਰ ਲੇਕਿਨ ਉਸਾ ਕੰਟੈਂਟ ਵੈਸਾ ਕੰਟੈਂਟ ਪੰਜਾਬੀ ਫਿਲਮ ਦਾ ਸੀ ਕਿੱਥੇ ਨਹੀਂ ਦੇਖਿਆ ਸਿਰਫ ਮੇਰੀ ਪਰਸਨਲ ਰਾਏ ਨਹੀਂ ਬਹੁਤ ਜ਼ਿਆਦਾ ਲੋਕਾਂ ਦੀ ਪਾਕਿਸਤਾਨ 'ਚ ਰਾਏ ਕਿ ਕਿਉਂਕਿ ਹਿਊਮੈਨਿਟੀ ਬੇਸ ਉਹ ਵਾਲੀ ਫਿਲਮ ਸੀਗੀ ਇਹਦੇ 'ਚ ਵੀ ਸਾਨੂੰ ਐਸਾ ਕੋਈ ਐਂਗਲ ਨਜ਼ਰ ਆ ਗਿਆ ਜਸ ਮਜ਼ਾਕ ਨਹੀਂ ਦੇਖੋ ਹਰ ਫਿਲਮ ਹਰ ਤਰ੍ਹਾਂ ਦੀ ਨਹੀਂ ਹੋ ਸਕਦੀ ਅਸੀਂ ਜੇ ਕ੍ਰਿਕਟ ਦੇਖ ਰਹੇ ਹਾਂ ਤਾਂ ਅਸੀਂ ਕ੍ਰਿਕਟ ਦੇਖਦੇ ਕਹੀਏ ਵੀ ਇਹਦੇ 'ਚ ਵੀ ਸ਼ਾਬਾਸ਼ ਗੋਲ ਕਰੇਗਾ ਕਿ ਨਹੀਂ ਕਰੇਗਾ ਤਾਂ ਉਹਨੇ ਨਹੀਂ ਕਰਨਾ ਹੈ ਨਾ ਅਤੇ ਇਹ ਤਾਂ ਕਿਉਂਕਿ ਕ੍ਰਿਕਟ ਹੈ ਜੇ ਚੌਕੇ ਛੱਕੇ ਵੱਜਣਗੇ ਹੈ ਨਾ ਹਰ ਇੱਕ ਚੀਜ਼ ਦਾ ਜੋਨਰ ਹੈ ਹਰ ਚੀਜ਼ ਦੀ ਆਪਣਾ ਇੱਕ ਡਿਸਿਪਲਿਨ ਹੈ ਇਹ ਜਿਹੜੀ ਫਿਲਮ ਹੈ ਇਹਦੇ 'ਚ ਅਸੀਂ ਉਸ ਤਰ੍ਹਾਂ ਦਾ ਕੋਈ ਫਲੇਵਰ ਨਹੀਂ ਰੱਖਿਆ ਅਤੇ ਜਦੋਂ ਅਰਦਾਸ ਵਰਗੀ ਫਿਲਮ ਹੁੰਦੀ ਹੈ ਉਹਦੇ ਤੁਸੀਂ ਦੇਖੋ ਪੂਰੀ ਫਿਲਮ ਅਰਦਾਸ ਜਾਂ ਤੁਸੀਂ ਦੂਜੀ ਦੇਖੀ ਕਿ ਨਹੀਂ ਅਰਦਾਸ ਕਰਾਂ ਆਈ
हरबी संघा है या पहली फिल्म च या होर आर्टिस्ट ने वह सारे कॉमेडी कर रहे हैं, मैं नहीं उस जरूरत करता कॉमेडी करन दी, क्योंकि उदो एक चीज़ में तुसी फॉलो कर रहे हो, एक अपनी बंदिश है, जिदा रागों की बंदिश होंगी उदा परफॉर्मेंस की एक्टर लिए भी एक बंदिश होंगी है, उस बंदिश को फॉलो कर रहे हैं। तो अरदास असी अगली प्लैन कर रहे हैं, अरदास दा समझो कि थर्ड वर्जन भी होना है साड़ी फिल्म का, बट ये है कि अरदास नू किसी नाल कंपेयर नहीं किया जा सकता। सर लास्ट क्वेश्चन, गुरप्रीत वर्सिज ठाकुर नज़र आएगा सानू फिल्म च? बिल्कुल जी, साड़ियाँ तो मुहब्बत इनिया ने जी, मैं तुम की दसा भी जिन्ना, मैं एक चीज़ ना ऑनेस्टली कहना चाहना कि जो भी शुरू होया ना चलन साडा कट्ठे होण दा, उहदा तुहाडे पाकिस्तानी कलाकारां नू बड़ा क्रैडिट जांदा जी, उहनां दे अंदर इन्ना ते प्यार मुहब्बत है जी, जबान हुण अज तो पहले मैं उन्होंने कोई मैसेज पाना साहब। बाबा जी गुड मॉर्निंग सर, ऑलवेज मिस यू जी। मैं बाबा जी बस सुता उठे अखा खोलते हैं, आप जी का मैसेज सामने आया तो मैं पहले सोचा भी चंगी तरह ब्रश ब्रश करके मैसेज का जवाब देना, तो फिर मैं क्या चल इतने मैसेज के पता लगना फिर मैं उठ के ब्रश ब्रश किया कि नहीं अजे। तो बाबा जी बस मेरी गल तो यकीन करो कि निर्णय काल जी आई लव यू, पानी भी नहीं पीता जी, छोटी गल नहीं होंगी भाजी, निर्णय काल जी लव यू बड़ी वड्डी गल होंदी है। कि उंदे वास्ते रे उस्ताद जी, मजा आ गया सर। उस्ताद जी यू मेड माई डे, क्या बात है शहजादे। चलो इतना की सुनाना था मैं, सिर्फ इस करके सुनाया कि ये मोहब्बत है नहीं, मैं लंबा जाना जारी तारीफ कर जाते हैं, चंगा नहीं लगता, बड़े सीनियर आर्टिस्ट ने। सो मेरे कहने का मतलब कि साड़ियाँ दिलों मुहब्बत ने, वो इन्ने साल जो इकट्ठे काम भी नहीं ना किया किसी कारण करके भी, पर तुहाडे जिहड़े उत्थों दे पाकिस्तान के कलाकार ने कॉन्सटेंटली अपनी मुहब्बत सानू भेजते रहे, साडे काम नू रैकगनाइज करते रहे ने, कितने भी असी ये नहीं देखा कि उन्होंने ओए कौन ने एवें उधर लगे ने, काम तो सानू आउंदा है जी, इदां कहंदे तो असी कहना ही भी फिल्म वेखण भी ना आउण, साडी फिल्म च काम की करना फिर, ना ही असी जाना सी। जो मैं हुण गया सी तो मैनूं याद आ मैं जिथे जांदा सी ਇੱਦਾਂ ਨਾਰੇ ਲੱਗਦੇ ਕੈਰੀ ਔਨ ਕੈਰੀ ਔਨ ਕੈਰੀ ਔਨ ਜੱਟਾ। ਸੋ ਇੰਨਾ ਵਧੀਆ ਲੱਗਿਆ ਉੱਥੇ ਜਾ ਕੇ, ਹੋਰ ਤੋਂ ਲੈ ਕੇ ਰਹੀਮ ਜਾ ਕੇ, ਮੈਂ ਪੰਜਾਬ ਟਿਪੀਕਲ ਪੰਜਾਬ, ਮੈਂ ਪੰਜਾਬੀ ਖੁਦ ਹਾਂ, ਉੱਥੇ ਤਾਂ ਸਾਰੇ ਤੁਸੀਂ ਮਤਲਬ ਇੰਨੇ ਪਿਆਰ ਕੀਤੇ ਜਾਂਦੇ ਨੇ ਨਾ, ਤੁਸੀਂ ਸਿਰਫ ਲਾਹੌਰ ਜਾਂ ਸਰਾਊਂਡਿੰਗ 'ਚ ਗਿਆ, ਤੁਸੀਂ ਉਹ ਦੂਸਰੇ ਸਾਊਥ ਪੰਜਾਬ ਵੱਲ ਜਾਂਦੇ, ਉੱਥੇ ਵੀ ਤੁਹਾਨੂੰ ਬਹੁਤ ਪਸੰਦ ਕਰਦੇ ਨੇ। ਹਾਂਜੀ ਮੈਂ ਤਾਂ ਘੁੰਮਿਆ ਜੀ, ਮੈਂ ਉੱਥੇ ਕਿਉਂਕਿ ਸਾਡਾ ਆਪਣਾ ਜਿਹੜਾ ਤਾਲੁਕ ਹੈ ਨਾਰੋਵਾਲ ਨਾਲ ਹੈ। ਅੱਛਾ, ਸਿਆਲਕੋਟ ਦੇ ਬੇਸਿਕਲੀ, ਹੁਣ ਤੁਸੀਂ ਸਾਡਾ ਜ਼ਿਲ੍ਹਾ ਨਾਰੋਵਾਲ ਕਰਤਾ, ਅਸੀਂ ਤਾਂ ਸਿਆਲਕੋਟ ਹੀ ਰਹਿਣਾ। ਸਰ ਤੁਸੀਂ ਵਾਹਿਦ ਨਾਰੋਵਾਲ ਦੇ ਤੱਤੇ ਨੇਗੇ, ਵਰਨਾ ਸਾਰੇ ਤੱਤੇ ਨੇ ਉੱਥੇ, ਤੁਹਾਨੂੰ ਕਿੱਦਾਂ ਪਤਾ ਮੈਂ ਤੱਤਾ ਨਹੀਂ। ਸਰ ਪਾਣੀ 'ਚ ਮਤਾਨੀ, ਇਹਦਾ ਮਤਲਬ ਇਹ ਗੱਲ ਵਧਾਉਣਾ ਜੀ, ਗੱਲ ਵਧੀ ਇਹਦੇ ਵਿੱਚ, ਗੱਲ ਵਧਾ ਵਧਾ ਕੇ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ, ਲਾਹੌਰ ਤੱਕ ਪਹੁੰਚ ਗਈ ਤਾਂ ਗੱਲ ਵਧੀ ਹੈ ਨਾ। ਫਿਲਮ ਅਸੀਂ ਅੱਧੀ ਇੱਧਰ ਇੰਡੀਆ ਪੰਜਾਬ ਸ਼ੂਟ ਕਰਾਂਗੇ, ਅੱਧੀ ਉੱਧਰ ਸ਼ੂਟ ਕਰਾਂਗੇ। ਤੁਸੀਂ ਵਾਹਿਦ ਨਾਰੋਵਾਲ ਦੇ ਤੱਤੇ ਨੇਗੇ, ਵਰਨਾ ਸਾਰੇ ਤੱਤੇ ਨੇ ਉੱਥੇ, ਤੁਹਾਨੂੰ ਕਿੱਦਾਂ ਪਤਾ ਮੈਂ ਤੱਤਾ ਨਹੀਂ। ਮੈਂ ਸਿਰਫ ਇੱਕ ਹੀ ਫਿਲਮ ਦੇਖੀ ਸੀ, ਉਹ ਸੀ ਮੇਵੇ ਸ਼ਾਇਦ ਦੀ, ਹੈ ਨਾ। ਲੋਕ ਜਾਣਨਾ ਚਾਹ ਰਹੇ ਤੁਸੀਂ ਦੁਬਾਰਾ ਲਾਹੌਰ ਚੱਕਰ ਕਦੋਂ ਲਾਓਗੇ? ਬਿਲਕੁਲ ਲਾਵਾਂਗੇ ਜੀ,